ਇਹ ਸਾਡੇ ਵਸੀਬ ਦਾ ਇਹੋ ਜਿਹਾ ਖੁਸ਼ੀਆਂ ਮੁਕੱਦਰ ਹੋਣੇ ਤੇ ਅੱਲਾ ਸੋਹਣਾ ਸਾਡੀ ਇਹ ਕੌਮ ਨੂੰ ਇਹ ਅਮਾਨ ਨੂੰ ਇਹਨੇ ਨਿੱਤ ਝੁਮਰਾ ਪਿਆਰਾ ਹੋਇਆ ਰੱਖਿਆ ਕੋਈ ਵੀ ਮਹਿਫਿਲ ਸ਼ਾਦੀ ਦੀ ਹੋਵੇ ਕਹੀਂ ਵੀ ਖੁਸ਼ੀ ਦੀ ਹੋਵੇ ਉਹ ਕੁਛ ਸੋਹਣਾ ਸਾਹਮਣੇ ਬੈਠੇ ਹੋਏ ਲੋਕ ਬਣੇ ਨੇ ਤੇ ਅੱਜ ਦੀ ਮਹਿਫਿਲ ਕੋ ਸੋਹਣਾ ਬਣਾਉਣਾ ਤੁਹਾਡੇ ਹੱਥ ਵਿੱਚ ਹੈ ਅੱਜ ਸਾਡੇ ਕੋਲ ਖੁਸ਼ੀ ਦੀ ਮਹਿਫਿਲ ਵਿੱਚ ਸਾਡੇ ਵਸਨੀਕ ਦਾ ਇੱਕ ਬਹੁਤ ਸੁਰੀਲਾ ਗੁਲਕਾਰ ਸਟੇਜ ਦੀ ਜ਼ੀਨਤ ਬਣ ਸੀ ਜਿਹਦੇ ਪੰਜ ਆਡੀਓ ਵੀਡੀਓ ਇਹਦੇ ਮਾਰਕੀਟ ਵਿੱਚ ਬਹੁਤ ਖੂਬਸੂਰਤ ਗਾਉਂਦੇ ਆਪਣੇ ਗੀਤ ਵੀ ਗਾਉਂਦੇ ਤੁਹਾਡੇ ਫਰਮਾਇਸ਼ਾਂ ਵੀ ਪੂਰੀਆਂ ਕਰੇ ਸੀ ਔਰ ਇਹ ਗੁਲਕਾਰ ਦਾ ਕਮਾਲ ਇਹ ਹੈ ਜੋ ਸਰਾਇਕੀ ਉਰਦੂ ਪੰਜਾਬੀ ਸਿੰਧੀ ਮਾਰਵਾੜੀ ਇਹਨਾਂ ਸਾਰਿਆਂ ਜ਼ਬਾਨਾਂ ਚ ਗਾਉਂਦੇ ਇਹ ਹੁਣ ਤੁਹਾਡੇ ਉੱਤੇ ਹੈ ਜੋ ਤੁਸਾਂ ਉਹਨੂੰ ਕਿਵੇਂ ਸੁਣ ਰਹੇ ਹੋ ਅਗਰ ਤੁਹਾਡੀ ਝੂਮਰ ਤਾੜੀ ਲੱਗੀ ਰਹੀ ਉਹਨੂੰ ਦਾਤ ਮਿਲਦੀ ਰਹੀ ਤੇ ਇਨਸ਼ਾਅੱਲਾ ਅੱਜ ਦੀ ਮਹਿਫਿਲ ਯਾਦਗਾਰ ਬਣ ਰਹੀ ਸੀ ਆਉਣ ਵਾਲੇ ਤਮਾਮ ਮੁਅੱਜ਼ਜ਼ ਮਹਿਮਾਨਾਂ ਦੀ ਨਜ਼ਰ ਆਪਣੀ ਆਦਤ ਦੇ ਮੁਤਾਬਿਕ ਇੱਕ ਡੋੜਾ ਤੇ ਵੱਲੋਂ ਸਟੇਜ ਤੇ ਗੁਲਕਾਰ ਨੂੰ ਸਾਡੀ ਇਨਸਾਨ ਕਿਉਂਕਿ ਟਾਈਮ ਆਗੂ ਅੱਗੇ ਬਹੁਤ ਠੀਕ ਹੈ ਵੀ ਦੇਰ ਕਿਆ ਨਾ ਕਰੇ ਸੁਣ ਜਿਤਨੇ ਵੀ ਮੌਜੂਦ ਮਹਿਮਾਨ ਇੱਥੇ ਬੈਠੇ ਉਹਨਾਂ ਦੀ ਨਜ਼ਰ ਜੋ ਅੱਜ ਲੰਘਾਈ ਰਾਵਲ ਰੁਲ ਗਈ ਦੇ ਅੱਜ ਲੰਘਾਈ ਰਾਵਲ ਰੁਲ ਗਈ ਦੇ ਅਤੇ ਮੋਛੇ ਕੋ ਮੈਂ ਰੋਲ ਸਕਾਂ ਨੀ ਦਰਦ ਨਜ਼ਰ ਦੇ ਦਰਦ ਦੇਖੂੰ ਜ਼ਖਮਾਂ ਤੋਂ ਪੱਟੀਆਂ ਖੋਲ ਸਕਾਂ ਅਤੇ ਛੋੜਾਂ ਹਾਲ ਫਕੀਰੀ ਕੋ ਭਨਾ ਕਾਸਾ ਤੇ ਕਸ਼ਕੋਲ ਸਕਾਂ ਮੇਰੇ ਹੱਥ ਅਰਸ਼ਦ ਕਾਇਨਾਤ ਹੋਵੇ ਤੇਰੇ ਨਕਸ਼ੇ ਕਦਮ ਤੋਂ ਖੋਲ ਸਕਾਂ ਦੋਸਤੋ ਕਹੀਂ ਵੀ ਆਰਟਿਸਟ ਦੀ ਸਭ ਤੋਂ ਵੱਡੀ ਦਾਤ ਪੈਸਾ ਕਹਿ ਨਹੀਂ ਹੁੰਦਾ ਅੱਲਾਹ ਨੇ ਤੁਹਾਨੂੰ ਦੋ ਹੱਥ ਦਿੱਤੇ ਨੇ ਇਹ ਦੋ ਹੱਥਾਂ ਨਾਲ ਇੱਕ ਲੱਗੀ ਹੋਈ ਤਾੜੀ ਜਿਹੜੀ ਹੈ ਨਾ ਉਹ ਹਰ ਇੱਥਾਂ ਆਉਣ ਵਾਲੇ ਬੰਦੇ ਦਾ ਹੌਸਲਾ ਅਫਜ਼ਾਈ ਸੀ ਔਰ ਮੈਂ ਇਹ ਉਮੀਦ ਕਰੇ ਸਾਂ ਜੋ ਮੇਰੇ ਕੋ ਬਲਾ ਬਲਾ ਇਹ ਆਖਣਾ ਕਹਿਣਾ ਪਵੇ ਲੱਗਦਾ ਇਵੇਂ ਹੀ ਜੋ ਪਹਿਲਾ ਡੋੜਾ ਤੁਹਾਨੂੰ ਪਸੰਦ ਕਹਿ ਨਹੀਂ ਆਇਆ ਹੀ ਵਾਸਤੇ ਕੋਈ ਤਾੜੀ ਨਹੀਂ ਸੁਣੀ ਇਹਦੇ ਸਾਰੇ ਬੰਦੇ ਬੈਠੋ ਔਰ ਅੱਲਾਹ ਸੋਹਣੇ ਨੇ ਹਰ ਕਿਸੇ ਕੋ ਦੋ ਹੱਥ ਦਿੱਤੇ ਜੈਕੋ ਅੱਲਾਹ ਸੀ ਦੋ ਹੱਥ ਦਿੱਤੇ ਨਾ ਉਹ ਇੱਕ ਦਾ ਤਾੜੀ ਮਾਰ ਕੇ ਦਿਖਾਵੇ ਤੇ ਜੈਕੋ ਕਹਿ ਨਹੀਂ ਦਿੱਤਾ ਉਹ ਬੈਠਾ ਰਹੇ ਦੁੱਲਾ ਸਾਹਿਬ ਤਸ਼ਰੀਫ ਜਿਹਨਾਂ ਨਾਲ ਸਾਹਮਣਾ ਕੋ ਜੀ ਆਇਆਂ ਕੋ ਹਿਸੋਂ ਸਿੰਘ ਅਬਦੁਲ ਜੱਬਾਰ ਸਾਹਿਬ ਕੋ ਜੀ ਅਸੀਂ ਦੁੱਲਾ ਸਾਹਿਬ ਅਖੰਡਨ ਸੀ ਮੇਰੇ ਤਰਫੋਂ ਸਾਰਿਆਂ ਤੋਂ ਸਲਾਮ ਥੀ ਗਿਆ ਔਰ ਜਿਤਨੇ ਮਹਿਮਾਨ ਇੱਥੇ ਤਸ਼ਰੀਫ ਜਿਹਨਾਂ ਨੇ ਉਹਨਾਂ ਸਾਰਿਆਂ ਕੋ ਜੀ ਆਇਆਂ ਕੋ ਸਿੰਘ ਮਲਿਕ ਅਬਦੁਲ ਮਜੀਦ ਸਾਹਿਬ ਮੁਹੰਮਦ ਅਕਬਰ ਖਾਨ ਸਾਹਿਬ ਸਈਦ ਇਰਸ਼ਾਦ ਅਹਿਮਦ ਅਬਾਸੀ ਸਈਦ ਸਈਦ ਅਜਮਲ ਖਾਨ ਸਾਹਿਬ ਆਪਣੇ ਭਰਾ ਸਈਦ ਸਜਾਦ ਹਬੀਬ ਸਿੰਘ ਔਰ ਜਿਤਨੇ ਵੀ ਦੋਸਤ ਇੱਥੇ ਬੈਠੇ ਜਿਨ੍ਹਾਂ ਦਾ ਨਾਮ ਨਹੀਂ ਗਿਣ ਸਕਿਆ ਉਹਨਾਂ ਸਾਰਿਆਂ ਤੋਂ ਜੀਆਂ ਕੋ ਕਹਿਸਾਂ ਆਓ ਅੱਜ ਸਾਰੇ ਰਲ ਕੇ ਦੁਆ ਕਰਨੇ ਜੋ ਅੱਲਾਹ ਕਰੇ ਸਈਦ ਅਬਦੁਲ ਜੱਬਾਰ ਅਬਾਸੀ ਦੀ ਜ਼ਿੰਦਗੀ ਦਾ ਇਹ ਨਵਾਂ ਸਫ਼ਰ ਉਹਨਾਂ ਵਾਸਤੇ ਮੁਬਾਰਕ ਸਾਬਿਤ ਹੋਵੇ ਦੋਸਤੋ ਦੁਆਏ ਅੱਲਾਹ ਸੋਹਣੇ ਕੋਲੋਂ ਜੋ ਅੱਲਾਹ ਕਰੇ ਨਿੱਤ ਸਾਡੇ ਵਸੀਬ ਦਾ ਇਹੋ ਜਿਹਾ ਖੁਸ਼ੀਆਂ ਮੁਕੱਦਰ ਹੋਵੇ ਤੇ ਅੱਲਾਹ ਸੋਹਣਾ ਸਾਡੀ ਇਹ ਕੌਮ ਨੂੰ ਇਹ ਅਵਾਮ ਨੂੰ ਇਵੇਂ ਨਿੱਤ ਝੁਮਰਾ ਪਿਆਰਾ ਹੋਇਆ ਰੱਖਿਆ ਕੋਈ ਵੀ ਮਹਿਫਿਲ ਸ਼ਾਦੀ ਦੀ ਹੋਵੇ ਕਹੀਂ ਵੀ ਖੁਸ਼ੀ ਦੀ ਹੋਵੇ ਉਹ ਕੁਛ ਸੋਹਣਾ ਸਾਹਮਣੇ ਬੈਠੇ ਹੋਏ ਲੋਕ ਬਣੇ ਨੇ ਮੈਂ ਸਈਦ ਅਬਦੁਲ ਜੱਬਾਰ ਖਾਨ ਅਬਾਸੀ ਸਾਹਿਬ ਅਤੇ ਉਹਨਾਂ ਦੇ ਵਾਲਿਦ ਅਬਦੁਲ ਸੱਤਾਰ ਖਾਨ ਅਬਾਸੀ ਸਾਹਿਬ ਕੋ ਮੁਬਾਰਕਬਾਦ ਪੇਸ਼ ਕਰੇ ਸਾਂ ਉਹਨਾਂ ਦੀ ਪੂਰੀ ਫੈਮਿਲੀ ਕੋ ਉਹਨਾਂ ਦੀ ਜ਼ਿੰਦਗੀ ਦੀ ਬਹੁਤ ਖੂਬਸੂਰਤ ਇਹ ਰਾਤ ਔਰ ਜ਼ਿੰਦਗੀ ਦਾ ਆਗਾਜ਼ ਹੈ ਅੱਲਾਹ ਉਹਨਾਂ ਨੂੰ ਖੁਸ਼ਖਬਰੀ ਰੱਖੇ ਇਹ ਤੋਂ ਬਾਅਦ ਸਈਦ ਅਬਦੁਲ ਹਮੀਦ ਖਾਨ ਨਬਦਾਰ ਸਾਹਿਬ ਮਲਿਕ ਅਬਦੁਲ ਮਜੀਦ ਸਾਹਿਬ ਮੁਹੰਮਦ ਅਕਬਰ ਖਾਨ ਇਰਸ਼ਾਦ ਅਹਿਮਦ ਅਬਾਸੀ ਸਾਹਿਬ ਉਹਨਾਂ ਖੁਸ਼ਾਮਦੀ ਦੱਸਾਂ
मेरे दोस्त जनाब इरफान साहब तशरीफ देना है उन्होंने खुश आमदीद आज यासिर असर साहब रफीक उन्होंने साहब जाना जेड़े भी सेल तो जितों दोस्त हैं उन्होंने सब दोस्तों खुश आमदीद आ दोस्तों टाइम काफी थी गए महफिल दे आवाज के बीच में है अरफाना कलाम तमाम दोस्तों में नजर करे सा मैं कोशिश कर सके तो आपको महसूस कर सका अगर कोई कमी कोताही रह मनी तो बस बिना समझ के दोस्त समझ के माफ चक रहे इजाजत चाहती हूँ तेरे इश्क न जाया करके तैया चेची बोलिए तभी जामे कलंदर दलुए कलंदर जामे कलंदर दलुए कलंदर जामे
वासुक तब सुभानी नहीं कैसा बात कसानी सब वासुक तब सुभानी नहीं कैसा बात कसानी जी।